है ना, शेर वो 300 नहीं कम करता जे मतोरे स्पेंट तो है वेरो है ना। ठीक है, एच एस सी भी जो कि ज्यादा डलक दैलो 300 उदे नाल रेंदो नो इम्प्रचीजा रेंदा रेंदो नो रहना इम्प्रचीजा गलत ला त्रेटोरिया एरिया दैल व्हीकल गड्डी दा है ना, इम्प्रचीजा हो जूगा एरिया ਇੱਦੇ ਹੋ ਜਾਊਗਾ ਨਾ ਪ੍ਰਚੀਜ਼ਾ ਗਲਤ ਗਲਤ ਆ ਪ੍ਰਚੀਜ਼ੋ ਸਹੀ ਇਨ ਪ੍ਰਚੀਜ਼ੋ ਸਹੀ ਨਹੀਂ ਗਲਤ ਮੁੱਦਾ ਆਪਾਂ ਨੂੰ ਮਤਲਬ ਜਦੋਂ ਚੈਸੇ ਵੀ ਜੋ ਕਿ ਜ਼ਿਆਦਾ ਡਲਕ ਹੈ ਤੁਹਾਡੇ ਕੰਟਰੋਲ 'ਚ ਕਿੱਥੇ ਰਹੂਗਾ ਏਰੀਆ ਫਿਰ ਘੁਮਾਈ ਜਾਊਂਗੇ ਤੁਸੀਂ ਸ਼ੇਅਰ ਨੂੰ ਜ਼ਿਆਦਾ ਡਲਕ ਹੈ ਜੇ ਚੱਲ ਜਿੱਦਾਂ ਪੈ ਉਹਦੇ ਨਾਲ ਗਲਤ ਹੋ ਜਾਊਗਾ ਇਨ ਪ੍ਰਚੀਜ਼ਾ ਹੋ ਜਾਊਗਾ। ਦੇਖੋ ਐਚ ਐਸ ਸੀ ਵੀ ਜੋ ਕਿ ਮਾੜਾ ਵਰਡ ਹੈ ਉਹਦੇ ਨਾਲ ਹੋ ਜਾਊਗਾ ਮਾੜਾ ਕੰਮ ਬਸ ਇਨ ਪ੍ਰਚੀਜ਼ਾ ਮਾੜਾ ਇੱਧਰ ਲਿੰਕ ਬਣਾਓ ਨਾ ਲਾ ਕਨਵਰਜੈਂਸਾ ਅਲਾਈਨਮੈਂਟ ਦਲੇ ਰੋਤੇ ਟੈਰਾਂ ਦੀ ਇਨਫਲੂਐਂਸਾ ਪ੍ਰਭਾਵ ਰੱਖ ਪਾਉਂਦਾ ਹੈ ਸੁੱਲਾ ਪ੍ਰਚੀਸੀਓ ਨੇ ਸਹੀ ਹੋਣ ਦੇ ਉੱਪਰ ਦਿਲਾਂ ਸਥਿਰ ਸਾਤਾ ਸਟੇਰਿੰਗ ਦੇ ਪ੍ਰਚੀਜ਼ੋ ਹੋਣ ਦੇ ਉੱਪਰ ਕਨਵਰਜੈਂਸਾ ਪ੍ਰਭਾਵ ਪਾਉਂਦੀ ਹੈ ਨਾ ਬਿਲਾਂਚਾ ਦੂਰਾ ਵੀ ਪ੍ਰਭਾਵ ਪਾਉਂਦੀ ਕਨਵਰਜੈਂਸਾ ਸੇਲੋ 1300 ਵੀਬਰਾ ਜੇ ਸਟੇਰਿੰਗ ਵਾਈਬਰੇਸ਼ਨ ਕਰਦਾ ਹੈ ਇਹ ਬਹਿਨੇ ਸਹੀ ਹੈ ਫਾਰ ਕੰਟਰੋਲਾਰੇ ਚੈੱਕ ਕਰਵਾਓ ਲਾ ਬਿਲਾਂਚਾ ਦੂਰਾ ਦਿੱਲੀ ਰੋਤੇ ਐਂਤਰੀ ਉਰੇ ਅਗਲੇ ਟਾਇਰਾਂ ਦਾ ਅਗਲੇ ਟਾਇਰ ਜੇ ਹੋਣ ਨਾ ਸਹੀ ਨਾ ਹੋਣ ਤਾਂ ਫਿਰ ਉਹ ਬਿਲਾਂਚਾ ਦੂਰ ਕਰਾਊਗਾ ਸਹੀ ਹੈ ਨਾ ਜੀ ਵਿਪਰਾ ਕਰ ਹਿਲ ਸਿਰਵੋਸ 1300 ਅਯੂਤਾ ਕਰਦਾ ਹੈ ਕੰਟਰੋਲ ਆ ਰਹੇ ਸਿਰਵੋਸ 1300 ਵਧੀਆ ਹੁੰਦਾ ਨਾ ਉਹਦਾ ਸਿਰਵੋਸ 1300 ਅਯੂਤਾ ਕਰਦਾ ਕੰਟਰੋਲ ਆ ਰਹੇ ਲਾ ਤ੍ਰੇਤੋਰੀਆ ਦਿਲ ਫੀਕਲੋ ਇਨ ਕਾਜ਼ੋ ਦੀ ਕਿਸ ਹਾਲਾਤ ਵਿੱਚ ਫੋਰਾ ਤੂਰਾ ਦੀ ਉਹਨੂੰ ਪਨੀਮਾਤੀ ਕੋ ਜਦੋਂ ਪੈਂਚਰ ਹੋਵੇ ਸਿਰਵੋਸ 1300 ਨਾਲ ਸੌਖਾ ਕੰਟਰੋਲ ਹੋ ਜਾਂਦਾ ਜੇ ਪਾਵਰ ਸਟੇਰਿੰਗ ਹੋਵੇ ਠੀਕ ਹੈ ਤਾਂ ਮਦਦ ਕਰਦਾ ਹੈ ਠੀਕ ਹੈ ਫਿਰ ਸਿਰਫ ਉਸ 1300 ਮਿਲੀਓਰਾ ਬਿੱਤਰ ਕਰਦਾ ਹੈ ਅਸੀਓਨੇ ਫਰਨਾਂਤੇ ਨੂੰ ਦਿਲ ਵੀਕਲ ਸਿਰਫ ਉਸ 1300 ਪਾਵਰ ਸਟੇਰਿੰਗ ਬਿੱਤਰ ਕਰ ਦਿੰਦਾ ਹੈ ਬ੍ਰੇਕਾਂ ਨੂੰ ਸਟੇਰਿੰਗ ਅਤੇ ਬ੍ਰੇਕਾਂ ਦਾ ਕੋਈ ਲਿੰਕ ਤਾਂ ਹੈ ਨਹੀਂ ਬ੍ਰੇਕਾਂ ਥੋੜ੍ਹੀ ਪਏਗਾ ਕਰਦੇ ਸਿਰਫ ਉਹ ਫਰੇਨੋ ਹੋ ਸਕਦੀ ਉਹ ਬਿੱਤਰ ਕਰਦਾ ਬ੍ਰੇਕਾਂ ਸਹੀ ਹੈ ਨਾ ਇਨਕਾਜ਼ੋ ਦੀ ਫੋਰਾ ਤੂਰਾ ਦੀ ਉਨ ਪਨੀਮਾਤੀਕੋ ਟਾਇਰ ਦਾ ਲੋਸ 1300 ਤੀਰਾ ਕਰੂੰਗਾ ਠੀਕ ਹੈ ਨੈਲਾ ਦ੍ਰਿਸਿਓਨੇ ਓਪੋਜ਼ਤਾ ਕਹਿਤਾ ਉਲਟਾ ਕੋਈਲਾ ਦਿਲਾ ਰੋਤਾ ਫੋਰਾ ਵਿੱਚ ਓਪੋਜ਼ਤਾ ਵਰਡ ਆ ਗਿਆ ਫਾਲਸ ਹੈ ਜਿਹੜਾ ਬਿਨਾਂ ਪੋਜ਼ਤ ਵਾਲਾ ਸੈਂਟੈਂਸ ਸਹੀ ਹੈ ਸਹੀ ਹੈ ਨਾ ਸੇ ਲੋਸ 1300 ਵੀਬਰਾ ਵੀਬਰਾ ਕਰਦਾ ਹੈ ਸੀ ਦੇਵੇ ਫਾਰ ਕੰਟਰੋਲ ਆ ਰਹੇ ਤੁਹਾਨੂੰ ਜ਼ਰੂਰੀ ਹੈ ਚੈੱਕ ਕਰਨਾ ਬਿਲਾਂਚਾ ਦੂਰਾ ਠੀਕ ਹੈ ਦਿਲੇ ਰੋਤੇ ਪੁਸਤਰੀਓਰੀ ਪਿਛਲੇ ਟਾਇਰਾਂ ਦਾ ਨਹੀਂ ਅਗਲੇ ਟਾਇਰਾਂ ਦਾ ਕਰਾਉਣਾ ਪੈਂਦਾ ਜੇ ਸਟੇਰਿੰਗ ਵਾਈਬ੍ਰੇਸ਼ਨ ਕਰਦਾ ਕਿਉਂਕਿ ਅਗਲੇ ਟਾਇਰ ਜੇ ਸਹੀ ਨਹੀਂ ਫਿਰ ਵਾਈਬ੍ਰੇਸ਼ਨ ਕਰੂ ਸਹੀ ਹੈ ਪਿਛਲੇ ਟਾਇਰਾਂ ਨਾਲ ਲਾ ਰੋਤੂਰਾ ਦਿਲ ਸਿਰਵੋਸ 1300 ਟੁੱਟ ਜਾਣਾ ਪਾਵਰ ਸਟੇਰਿੰਗ ਦਾ ਸੀ ਮੈਨੀਫੈਸਟਾ ਪਛਾਣਿਆ ਜਾਂਦਾ ਹੈ ਕਿੱਦਾਂ ਪਤਾ ਲੱਗੂਗਾ ਟੁੱਟ ਗਿਆ ਕੌਣ ਐਚ ਸੀਵਾ ਫਚ ਲਿਤਾ ਜ਼ਿਆਦਾ ਸੌਖਾ ਹੋ ਜਾਣਾ ਦੀ ਮਨੋਵਰਾਰੇ ਲਾਸ 1300 ਸੌਖਾ ਥੋੜ੍ਹੀ ਹੋ ਜਾਊਗਾ ਜੇ ਟੁੱਟ ਗਿਆ ਤਾਂ ਔਖਾ ਹੋ ਜਾਣਾ ਮਨੋਵਰਾ ਇਹ ਕਹਿੰਦਾ ਟੁੱਟਣਾ ਉਹਦਾ ਪਛਾਣਿਆ ਜਾਊਗਾ ਜ਼ਿਆਦਾ ਸੌਖਾ ਹੋ ਜਾਊਗਾ ਮਨੋਵਰਾਰੇ ਲਾਸ 1300 ਔਖਾ ਹੋ ਜਾਣਾ ਸਮਾਂ ਇਲ ਵੋਲਾਂਤੇ ਦੇਵੇ ਐਸਰੇ ਹੋਣਾ ਚਾਹੀਦਾ ਇਮਪੁਨਿਆ ਤੋਂ ਹੁੰਦਾ ਫੜਨਾ ਪਹਿਲਾਂ ਫੁੱਸੂ ਵਾਲਾ ਸਵਾਲ ਪੜ੍ਹ ਲੈਣਾ ਨੈਲਾ ਸੂਆ ਪਾਰਤੇ ਬਾਸਾ ਥਰਡੇ ਪਾਸ ਪਾਰਤੇ ਬਾਸ ਵਾਲਾ ਫਾਲਸੂ ਸੀ ਨਾ ਕੌਣ ਅੰਤਰਾਂਬੇ ਲੈ ਮਾਨੀ ਦੋਨਾਂ ਹੱਥਾਂ ਨਾਲ ਸੋਤੋ ਲੈ ਰਾਸੇ ਥੱਲੋ ਜਿਹੜੀ ਥੱਲੋ ਫੜੋ ਉਹਦਾ ਥੱਲੋ ਥੋੜ੍ਹੀ ਪੜ੍ਹਨਾ ਹੁੰਦਾ ਥਰਡੇ ਪਾਸੋਂ ਫਾਲਸੂ ਉੱਦਾਂ ਵੀ ਕਹਿੰਦੀ ਪਾਰਤੇ ਬਾਸਾ ਥਰਲੇ ਪਾਸੋਂ ਫੜੋ ਨਹੀਂ ਉੱਦਾਂ ਫੜਨਾ ਦਸ ਜਦੋਂ 10:10 ਹੋਏ ਆ ਇੱਦਾਂ ਫੜੀਦਾ ਥੋੜ੍ਹਾ ਜਿਹਾ ਉੱਪਰੋਂ ਉਹ ਤਾਂ ਹੈ ਹੀ ਨਹੀਂ ਅਤੇ ਮੈਂ ਲਾਸਟ ਸਵਾਲ ਫਾਲਸੂ ਹੈ ਜੀ ਇਲ ਵਲਾਂਤੋ ਨੋਨ ਪੋ ਐਸਰੇ ਨਹੀਂ ਹੋ ਸਕਦਾ ਰੈਗੂਲਾਤੋ ਸੈੱਟ ਕਰਨਾ ਇਨ ਅਲਤੇਸਾ ਸੈੱਟ ਹੋ ਸਕਦਾ ਨਾ ਉੱਪਰ ਥੱਲੇ ਰੈਗੂਲਾਤੋ ਉੱਪਰ ਥੱਲੇ ਹੋ ਸਕਦਾ ਹੈ ਆਪਣੀ ਹਾਈਟ ਦੇ ਹਿਸਾਬ ਨਾਲ ਹੋ ਸਕਦਾ ਇਹ ਕਹਿੰਦਾ ਨਹੀਂ ਹੋ ਸਕਦਾ ਫਾਲਸੂ ਸਹੀ ਹੈ ਲਾ ਪ੍ਰਚੀਸੀਓਨੇ ਦਿਲ ਲਾ ਸਤਿਰਸਾਤਾ ਪ੍ਰਚੀਸੀਓਨੇ ਸਹੀ ਹੋਣਾ ਨੋਨ ਐ ਇਨਫਲੂਐਂਸਾਤਾ ਨਹੀਂ ਪ੍ਰਭਾਵ ਪੈਂਦਾ ਦਲੇ ਕਤੀਵੇ ਕੰਦੀਸੀਓਨੀ ਦੀ ਸਸਪੈਂਸੀਓਨੀ ਇਹ ਅਮੋਰਤੀ ਜ਼ਤੋਰੀ ਜੋ ਸ਼ੋਕਰਾਂ ਦੀ ਮਾੜੀ ਹਾਲਤ ਹੈ ਉਹਦਾ ਸਟੇਰਿੰਗ 'ਤੇ ਪ੍ਰਭਾਵ ਸ਼ੋਕਰਾਂ ਦਾ ਪ੍ਰਭਾਵ ਪੈਂਦਾ ਪੈਂਦਾ ਨਾ ਪ੍ਰਭਾਵ ਸ਼ੋਕਰਾਂ ਦਾ ਪੈਂਦਾ ਲਾ ਪ੍ਰਚੀਸੀਓਨੇ ਦਿਲ ਲਾ ਇਨਫਲੂਐਂਸਾਤਾ ਪ੍ਰਭਾਵ ਪੈਂਦਾ ਲਾ ਸਕਾਰਸਾ ਪ੍ਰਚੀਓਨੇ ਘੱਟ ਪ੍ਰੈਸ਼ਰ ਦੀ ਓਲੀਓ ਦੀ ਲੂਬਰੀਫਿਕਸੀਓ ਨੇ ਓਲੀਓ ਦੀ ਮੋਟਰ ਦੇ ਤੇਲ ਦਾ ਉਹਦਾ ਭਰਾ ਥੋੜ੍ਹੀ ਪੈਂਦਾ ਮੋਟਰ 'ਚ ਜਿਹੜਾ ਤੇਲ ਹੈਗਾ
ਉਹਦਾ ਭਰਾ ਥੋੜ੍ਹੀ ਪਊਗਾ ਕੋਈ ਸਤਿ ਸ਼੍ਰੀ ਅਕਾਲ ਹੈ ਨਾ ਫਾਲਸੋ ਓਲੀਓ ਦੀ ਲੂਬਰੀਕੇਸ਼ਨ ਦਾ ਕੋਈ ਲਿੰਕ ਨਹੀਂ ਲਾ ਪ੍ਰੀਸੀਓਨੇ ਦੈਲਾ ਸਥਿਰ ਸਾਤਾ ਐਂਬਲੂਸਾਤਾ ਦੈਲਾ ਅੱਛਾ ਸੀਵਾ ਟੈਂਪਰਾਤੂਰਾ ਜ਼ਿਆਦਾ ਟੈਂਪਰੇਚਰ ਲਿਕੁਇਡ ਦੀ ਰਫਰੀਦਾਮੈਂਟੋ ਕੋਈ ਠੰਡੇ ਵਾਲਾ ਜਿਹੜਾ ਲਿਕੁਇਡ ਦੀ ਰਫਰੀਦਾਮੈਂਟੋ ਦਾ ਕੋਈ ਲਿੰਕ ਨਹੀਂ ਸਟੇਅਰਿੰਗ ਦੇ ਵਿੱਚ ਵੀ ਹੈਗਾ ਸਟੇਅਰਿੰਗ ਸਟੇਅਰਿੰਗ ਤਾਂ ਕਿਸੇ ਦਾ ਵੀ ਕੋਈ ਲਿੰਕ ਨਹੀਂ ਹੈ ਸਟੇਅਰਿੰਗ ਜੋ ਨਾ ਉਹਦਾ ਮੋਟਰ ਦਾ ਨਾ ਕੋਈ ਲਿਕੁਇਡ ਦਾ ਤੇਲ ਦਾ ਸਟੇਅਰਿੰਗ ਦਾ ਆਪਣੇ ਆਪ 'ਚ ਹੀ ਆ ਬਸ ਵਾਈਬ੍ਰੇਸ਼ਨ ਨਾ ਕਰ ਪਾਵੇ ਬਸ ਫਾਲਸ ਬਹੁਤ ਇੰਨਾ ਕੀ ਕਰਨਾ ਵਾ ਕਰਾ ਦਿੰਦਾ ਹੁਣ ਦੇਖੋ ਇੰਪੈਂਤੋ ਦੀ ਸਕਾਰੀ ਕਿਉਂ ਠੀਕ ਹੈ ਇੰਪੈਂਤੋ ਵਾਲੇ ਧੂੰਆਂ ਵਾਲਾ ਜਿਹੜਾ ਹੁੰਦਾ ਜਿਹਨੂੰ ਆਪਾਂ ਕੱਲ੍ਹ ਪੜ੍ਹੇ ਸਿਲੈਂਸੀਏ ਤੋਰੇ ਸੀ ਉਹਦੇ ਉੱਦਾਂ ਕਹਿੰਦੇ ਮਰਮਿੱਤਾ ਕਤਲਿਤਿਕਾ ਬੋਲਦੇ ਹੁੰਦੇ ਪਰ ਮਰਮਿੱਤਾ ਹੀ ਕਹਿਣਾ ਠੀਕ ਹੈ ਨਾ ਇਹ ਇਹਦਾ ਮੁੱਖ ਕੰਮ ਕੀ ਹੈ ਇੰਪੈਂਤੋ ਦੀ ਸਕਾਰੀ ਕਿਉਂ ਦਾ ਧੂੰਆਂ ਕੱਢਣ ਵਾਲੇ ਦਾ ਮੁੱਖ ਕੰਮ ਹੈ ਇਹਦਾ ਘੱਟ ਕਰਨਾ ਸ਼ੋਰ ਨੂੰ ਰੂਮੋਰਿਸ਼ਤਾ ਨੂੰ ਘੱਟ ਕਰਦਾ ਹੋਰ ਕੀ ਕਰਦਾ ਹੈ ਜਿਹੜਾ ਉਹ ਇਹਦੀ ਮੈਂ ਫੋਟੋ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਹੋਵੇ ਤਾਂ ਉੱਥੇ ਤਾਂ ਆਹ ਹੁੰਦਾ ਹੈ ਨਾ ਆਹ ਦਿਖਾ ਦਿੰਦਾ ਆਹ ਚੀਜ਼ ਹੁੰਦਾ ਸਲੈਂਸਰ ਟਾਈਪ ਹੈ ਨਾ ਅੰਦਰੋਂ ਮੋਟਰ ਦੇ ਵਿੱਚੋਂ ਧੂੰਆਂ ਵਗੈਰਾ ਜ਼ਹਿਰੀਲਾ ਚੀਜ਼ਾਂ ਹੋਈਆਂ ਆਹ ਦੇਖੋ ਕਿੰਨਾ ਲਾਲ ਦਿਖਾਇਆ ਹੈ ਨਾ ਆਹ ਮਤਲਬ ਖਤਰਨਾਕ ਚੀਜ਼ਾਂ ਲਾਲ ਹੈ ਨਾ ਇਹਨੂੰ ਆਹ ਵਿਚਾਲੇ ਤੋਂ ਜਾਲੀਆਂ ਜੁਲੀਆਂ ਲੱਗੀਆਂ ਜਾਲੀਆਂ ਜੁਲੀਆਂ ਨੇ ਉਹਦਾ ਸ਼ੋਰ ਵੀ ਘਟਾ ਦੇਣਾ ਸਾਰਾ ਕੁਛ ਘਟਾ ਕੇ ਪਹਿਲਾਂ ਲਾਲ ਸੀ ਜਾਲੀ ਨੇ ਘਟਾ ਕੇ ਉਹਨੂੰ ਕੁਛ ਪਾਣੀ ਬਣਾਤਾ ਕੁਛ ਮਤਲਬ ਹਲਕਾ ਕਰਤਾ ਨੀਲੇ ਰੰਗ ਦਾ ਕਰਤਾ ਮਤਲਬ ਉਹਦਾ ਜ਼ਹਿਰੀਲਾਪਣ ਵੀ ਘਟਾਤਾ ਉਹਦਾ ਟੈਂਪਰੇਚਰ ਵੀ ਘਟਾਤਾ ਹੈ ਨਾ ਸਾਰਾ ਘਟਾ ਕੇ ਫਿਰ ਬਾਹਰ ਕੱਢਦਾ ਕੌਣ ਮਰਮਿੱਤਾ ਕਤਲਿਤਿਕਾ ਮਤਲਬ ਜਿਹੜੇ ਅੱਜ ਕੱਲ੍ਹ ਨਵੇਂ ਸਿਲੈਂਸਰ ਆਉਂਦੇ ਪਹਿਲਾਂ ਤਾਂ ਇਕੱਲੇ ਸਿੰਪਲ ਜਿਹੇ ਹੁੰਦੇ ਸੀ ਅੱਜ ਕੱਲ੍ਹ ਜਿਹੜੇ ਨਵੇਂ ਸਿਲੈਂਸਰ ਆਉਂਦੇ ਠੀਕ ਹੈ ਨਾ ਤਾਂ ਬਾਹਰ ਨੂੰ ਕੱਢਦਾ ਉਹ ਆਹ ਚੀਜ਼ ਦੇਖੋ ਵਿਚਾਰੇ ਕਿੰਨਾ ਕੁਛ ਲੱਗਿਆ ਹੈ ਨਾ ਇਹ ਅੱਜ ਕੱਲ੍ਹ ਦੇ ਸਿਲੈਂਸਰ ਇਹ ਬਾਹਰ ਕੱਢੂਗਾ ਉਹਦਾ ਪ੍ਰੈਸ਼ਰ ਘਟਾਉਣ ਤੋਂ ਬਾਅਦ ਅਤੇ ਜ਼ਹਿਰੀਲਾਪਣ ਘਟਾਉਣ ਤੋਂ ਬਾਅਦ ਬਾਹਰ ਨੂੰ ਕੱਢੂਗਾ ਜੋ ਵੀ ਅੰਦਰੋਂ ਧੂੰਆਂ ਸਹੀ ਹੈ ਨਾ ਅਤੇ ਇਹਦਾ ਇਹ ਕੰਮ ਹੋ ਗਿਆ ਟੈਂਪਰੇਚਰ ਘਟਾਤਾ ਅਤੇ ਇਹਨੂੰ ਵੀ ਹਮੇਸ਼ਾ ਸਹੀ ਰੱਖਣਾ ਹੈ ਨਾ ਪਰ ਮੋਡੀਫਿਕਾਰ ਇਹ ਕੁਛ ਨਹੀਂ ਕਰਨਾ ਇਹਦੇ ਵਿੱਚ ਮੋਡੀਫਿਕੇਸ਼ਨ ਨਹੀਂ ਕਰਨਾ ਜਿੱਦਾਂ ਕੋਈ ਕਹਿੰਦੇ ਇੰਡੀਆ ਕੱਟ ਦਿੰਦੇ ਪਿਛਲਾ ਲਾਸਟ ਪਾਰਟ ਵੀ ਆਵਾਜ਼ ਵਧੀਆ ਆਊਗੀ ਜਾਂ ਵਿੱਚ ਕੋਈ ਮੋਰੀਆਂ ਕਰਤੀਆਂ ਕੁਛ ਨਹੀਂ ਕਰਨੀਆਂ ਹੈ ਨਾ ਛੇੜਛਾੜ ਨਹੀਂ ਕਰਨੀ ਕੋਈ ਵੀ ਹਾਂ ਜੇ ਉਹ ਖਰਾਬ ਹੋ ਗਿਆ ਦਿੱਤੀ ਰਾਤਾਂ ਟੁੱਟ ਟੱਟ ਗਿਆ ਹੈ ਨਾ ਖਰਾਬ ਹੋ ਗਿਆ ਤਾਂ ਉਹਨੂੰ ਚੇਂਜ ਕਰ ਦਿਉ ਉਸੀ ਟਾਈਪ ਦੇ ਨਾਲ ਉਮਰ ਲਗਾਤ ਹੋਵੇ ਸਮਝ ਆ ਗਈ ਨਾ ਗੱਲ ਬਸ ਸਹੀ ਹੈ ਇਹ ਨਹੀਂ ਵੀ ਹਰ ਜਦੋਂ ਤੁਸੀਂ ਤੇਲ ਬਦਲਣਾ ਤਾਂ ਇਹਨੂੰ ਬਦਲਣਾ ਨਹੀਂ ਜਦੋਂ ਖਰਾਬ ਹੋ ਗਿਆ ਤਾਂ ਉਹਨੂੰ ਅਪਰੂਵ ਹੋਣਾ ਚਾਹੀਦਾ ਇੰਪੈਂਤੋ ਦੀ ਸਕਾਰੀ ਕੋ ਲਾ ਮਰਮਿੱਤਾ ਦਿੱਤਰੀਓ ਰਾਤਾ ਟੁੱਟਿਆ ਮਰਮਿੱਤਾ ਟੁੱਟਿਆ ਫੁੱਟਿਆ ਉਮੈਂਤਾ ਕਰ ਦਿੰਦਾ ਹੈ ਵਧਾ ਦਿੰਦਾ ਹੈ ਇੰਕਵੀਨਾਮੈਂਤੋ ਪ੍ਰਦੂਸ਼ਣ ਅਕੂਸਤਿਕੋ ਆਵਾਜ਼ ਵਾਲਾ ਹੈ ਨਾ ਵਧਾ ਦਿੰਦਾ ਜੇ ਟੁੱਟਿਆ ਹੋਇਆ ਆਵਾਜ਼ ਫਿਰ ਜ਼ਿਆਦਾ ਕਰਨਾ ਟੁੱਟਿਆ ਹੋਇਆ ਮਰਮਿੱਤਾ ਵਧਾ ਦਿੰਦਾ ਹੈ ਪ੍ਰਦੂਸ਼ਣ ਸਾਊਂਡ ਵਾਲਾ ਪ੍ਰਦੂਸ਼ ਤੋਂ ਪੈਦਾ ਹੋਇਆ ਦਾ ਵੀਕੁਲੀ ਆ ਮਤੋਰੇ ਮਤੋਰੇ ਵਾਲੀ ਗੱਡੀ 'ਚ ਜਿਹੜਾ ਪੈਦਾ ਹੋਇਆ ਉਹਨੂੰ ਵਧਾ ਦਿੰਦਾ ਸਹੀ ਹੈ ਨਾ ਦਿੱਤਰੀ ਔਰ ਰਾਤਾ ਟੁੱਟਿਆ ਹੋਇਆ ਸਹੀ ਹੈ ਨਾ ਲਾ ਮਰਮਿੱਤਾ ਦਿੱਤਰੀ ਔਰ ਰਾਤਾ ਟੁੱਟਿਆ ਹੋਇਆ ਦੇਵੇ ਐਸਰੇ ਸੋਸਤੀ ਤੁਈਤਾ ਚੇਂਜ ਕਾ ਬਦਲ ਦਿਉ ਕੌਣ ਅਲਤਰਾ ਦੀ ਤੀਪੋ ਅਪਰਵਾਤੋ ਹੋਵੇ ਅਤੇ ਕੁਲ ਤੀਪੋ ਦੀ ਵੀਕਲ ਉਸ ਗੱਡੀ ਵਾਸਤੇ ਵੀ ਅਪਰੂਵ ਹੋਵੇ ਗੱਲ ਵਧੀਆ ਇੰਪੈਂਤੋ ਦੀ ਸਕਾਰੀ ਕੋ ਆਲੋ ਸਕੋਪੋ ਮੁੱਖ ਕੰਮ ਉਹਦਾ ਸਕੋਪੋ ਮੁੱਖ ਕੰਮ ਕੀ ਕੰਮ ਹੈ ਕੁਨ ਵਲਿਆਰੇ ਹੁੰਦਾ ਭੇਜਣਾ ਇਗਾਸ ਦੀ ਸਕਾਰੀ ਕੋ ਵੇਰਸੋ ਐਸਤੈਰਨੋ ਬਾਹਰ ਵੱਲ ਨੂੰ ਦੋਪੋ ਅਵੇਰ ਅਬਸਾਤੋ ਲਾ ਤੋਸ਼ੀਸ਼ਿਤਾ ਤੋਸ਼ੀਸ਼ਿਤਾ ਜ਼ਹਿਰੀਲਾਪਣ
टॉक्सिक पदार्थ जहरीले तुलसीशीता जहरीलापन दोपो अवेर अबसातो लातो सीशीता जहरीलापन कटाण तो बाद कौन बलियारी भेजता है धुएं वेर सो एस्तैर बार वल है ना पेंतो की सकारिक जोड़ा है मुख्य काम है भेजना गैस की सकारिक बार वल घटाण तो बाद जहरीलापन तो होर घटाऊगा प्रैशर घटाऊगा ਉਹਦਾ ਟੈਂਪਰੇਚਰ ਘਟਾਊਗਾ ਪ੍ਰੈਸ਼ਰ ਵੀ ਘਟਾਊਗਾ ਸਹੀ ਹੈ ਨਾ ਭਾਜੀ ਕੌਨ ਬਲੇ ਆ ਰਹੇ ਹੁੰਦਾ ਭੇਜਣਾ ਲਿਖ ਲਓ ਆਪ ਲਿਖ ਲਓ ਬਾਕੀ ਥੋੜ੍ਹਾ ਬਹੁਤ ਉੱਪਰ ਥੱਲੇ ਹੋ ਸਕਦਾ ਮੇਨ ਹੈ ਮੇਨ ਯਾਦ ਕੇ ਰੱਖਣਾ ਦੁੱਪ ਵੇਰ ਬਸਾਤੋਲਾ ਤੁਸੀਂ ਸ਼ੀਤਾ ਹੁਣ ਫਿਰ ਆਈ ਸਵਾਲ ਦੇਖੋ ਪੈਨ ਤੋਂ ਇਸ ਕਾਰਨ ਮੁੱਖ ਕੰਮ ਹੈ ਭੇਜਣਾ ਬਾਹਰ ਵੱਲ ਨੂੰ ਦੁੱਪ ਵੇਰ ਬਸਾਤੋਲਾ ਪ੍ਰੈਸ਼ਰ ਨੇ ਫਿਰ ਮੁੱਖ ਕੰਮ ਹੈ ਦੁੱਪ ਵੇਰ ਬਸਾਤੋਲਾ ਟੈਂਪਰੇਚਰਾ ਮੇਨ ਤਾਂ ਕੋਮੇਡੀ ਵਾਲੇ ਨਾਲ ਨਹੀਂ ਆਪਾਂ ਨੇ ਵੇਰੋ ਫਾਲਸ ਹੋਣਾ ਮੇਨ ਵੇਰੋ ਫਾਲਸ ਹੋ ਜਾਂਦਾ ਸਹੀ ਹੈ ਇੰਪੈਂਟੋ ਦੀ ਸਕਾਰੀ ਕੋ ਵਾਲਾ ਸਕੋਪ ਮੁੱਖ ਕੰਮ ਹੈ ਰੀ ਦੂਰੇ ਲਾ ਰਿਮੋਰਿਸਟਾ ਰਿਮੋਰੇ ਸ਼ੋਰ ਘਟਾਉਣਾ ਕੰਮ ਹੈ ਨਾ ਉਹਦਾ ਮੇਨ ਕੰਮ ਤਾਂ ਘਟਾਉਣਾ ਹੈ ਬਾਕੀ ਜਹਰੀ ਲੱਭਣ ਘਟਾਉਣਾ ਇੰਪੈਂਟੋ ਦੀ ਸਕਾਰੀ ਕੋ ਵਾਲਾ ਸਕੋਪ ਮੁੱਖ ਕੰਮ ਦੀ ਰੀ ਦੂਰੇ ਇੰਕਵੀਨਾਮੈਂਟੋ ਇੰਕਵੀਨਾਮੈਂਟੋ ਪ੍ਰਦੂਸ਼ਣ ਪ੍ਰਦੂਸ਼ਣ ਵੀ ਘਟਾਉਂਦਾ ਹੈ ਐਟਮੋਸਫੈਰਿਕ ਵਾਤਾਵਰਨ ਵਾਲਾ ਕਾਊਜ਼ਾ ਤੋਂ ਜਿਹੜਾ ਪੈਦਾ ਹੋਇਆ ਗੈਸ ਦੀ ਸਕਾਰੀ ਕੋ ਦਿਨ ਧੂੰਏ ਦੇ ਨਾਲ ਮੇਨ ਕੰਮ ਕਿਹਦਾ ਰਿਦੂਰੇ ਇਨਵੀਨਮੈਂਟ ਤੋਂ ਬਸ ਸਵਾਲ ਇੰਨਾ ਹੀ ਬਣਨਾ ਉਹਦਾ ਮੁੱਖ ਕੰਮ ਇਹ ਹੈ ਪ੍ਰਦੂਸ਼ਣ ਇਨਵੀਨਮੈਂਟ ਇੰਪੈਂਟੋ ਦੀ ਸਕਾਰੀ ਕੋ ਦੇਵੇ ਐਸੇ ਇੰਟੈਗਰਲਮੈਂਟੇ ਸੋਸਟੀਟੂਇਟੋ ਇੰਟੈਗਰਲ ਇੰਟੈਗਰੋ ਹੁੰਦਾ ਪੂਰਾ ਕੰਮ ਹੈ ਪਰਤ ਇੰਟੀਗਰ ਅਤੇ ਅਟੈਚ ਅਟੈਚ ਪਾਰਟ ਅਟੈਚ ਮਤਲਬ ਸਾਰਾ ਹੀ ਸੁਸਤੀ ਤੁਈਤੋ ਕਰ ਦਿਓ ਓਨੀ ਕਾਂਬੀ ਦੀ ਲੁਬਰੀਫਿਕੇਸ਼ਨ ਹੈ ਜਦੋਂ ਤੇਲ ਚੇਂਜ ਕਰਨਾ ਚੇਂਜ ਕਰ ਦਿਓ ਪੂਰੇ ਦਾ ਪੂਰਾ ਫਾਲਸੋ ਨਾ ਦੇਵੀ ਅਸਰ ਇੰਟੀਗਰਲ ਮੈਂ ਸੁਸਤੀ ਤੋਂ ਪੂਰੇ ਦਾ ਪੂਰਾ ਚੇਂਜ ਕਰ ਦਿਓ ਇੰਪੈਂਟੋ ਦੀ ਸਕਾਰੀ ਕੋ ਦੀ ਵੀ ਕੋਲੀ ਇਲੈਕਟ੍ਰੀਸ਼ੀ ਬਿਜਲੀ ਵਾਲੇ ਹੁੰਦੇ ਉਹਨਾਂ ਵਿੱਚ ਮੇਰੇ ਹਿਸਾਬ ਨਾਲ ਹੁੰਦਾ ਵੀ ਨਹੀਂ ਹੋਣਾ ਨਹੀਂ ਹੁੰਦਾ ਨਾ ਮੁਕਾਬਲੇ ਅਕੇਲੋ ਦੀ ਵੀਕੁਲੀ ਕੋਨ ਮੋਤੋਰੇ ਆ ਸਕੋਪੋ ਉਹੀ ਮੋਤੋਰੇ ਸਕੋਪੋ ਮੋਤੋਰੇ ਤੈਰਮਿਕੋ ਮਤਲਬ ਇੰਜਨ ਵਾਲੇ ਠੀਕ ਹੈ ਨਾ ਉਹਦੇ ਨਾਲ ਜ਼ਿਆਦਾ ਲੋੜ ਹੈ ਉਲਟਾ ਸਵਾਲ ਕਿਹਾ ਮੋਟੋਰੀ ਸਕੋਪੋ ਮਤਲਬ ਉਹਦੇ ਵਿੱਚ ਦੇਖੋ ਇੰਜਨ ਦੇ ਵਿੱਚ ਉਹ ਧੂੰਆਂ ਬਣਦਾ ਵਿਸਫੋਟ ਹੁੰਦਾ ਇੱਦਾਂ ਹੀ ਚੱਲਦਾ ਨਾ ਤਾਂ ਮੋਟੋਰੀ ਸਕੋਪੋ ਯਾਨੀ ਕਿ ਮੋਟੋਰੀ ਟੈਰਮਿਕੋ ਇੰਜਨ ਵਾਲੇ ਇੱਕ ਗੱਲ ਇੱਕ ਹੁੰਦੀ ਮੋਟੋਰੀ ਇਲੈਕਟ੍ਰੀਕੋ ਸਹੀ ਹੈ ਨਾ ਤਾਂ ਕਹਿੰਦਾ ਇਲੈਕਟ੍ਰੀਸ਼ੀਅਨ ਨੂੰ ਜ਼ਰੂਰਤ ਹੈ ਜ਼ਿਆਦਾ ਉਹਨੂੰ ਤਾਂ ਘੱਟ ਹੈ ਉਹ ਘੱਟ ਕੀ ਹੁਣ ਲੋੜ ਹੀ ਨਹੀਂ ਫੋਰੀ ਦੀ ਚੈਂਤਰੀ ਬਿਤਾਦੀ ਸ਼ਹਿਰ ਤੋਂ ਬਾਹਰ ਵੀਕੋਲੀ ਪੋਸੋ ਨੂੰ ਚਿਰਕੋਲਾਰੇ ਅੰਕੇ ਸੈਂਸਾ ਸਿਲੈਂਸੀਆ ਤੋਰੇ ਸੇਸੀ ਟੂਬੋ ਦੀ ਸਕਾਰੀਕੋ ਟੂਬੋ ਜਿਹੜੀ ਟਾਈਟ ਟੂਬ ਹੈ ਡੈਲ ਸਲੈਂਸੀਆ ਤੋਰੇ ਸੀ ਫੋਰਾ ਮੋਰੀਆਂ ਹੋ ਜਾਂਦੀਆਂ ਹੈ ਨਾ ਤੁਹਾਨੂੰ ਚੇਂਜ ਕਰੋ ਇਹ ਨੋਨ ਸੀ ਇੰਟੈਂਡਿੰਗ ਨਹੀਂ ਇਰਾਦਾ ਤੁਹਾਡਾ ਸੁਸਤੀ ਤੁਰਲੋ ਚੇਂਜ ਕਰਨ ਦਾ ਆ ਬਰੇਵੇ ਥੋੜ੍ਹੇ ਟਾਈਮ ਬਾਅਦ ਤੱਕ ਜੇ ਤੁਹਾਡਾ ਇਰਾਦਾ ਨਹੀਂ ਸਲਿਊਸ਼ਨ ਤਾਂ ਕੋਈ ਨਹੀਂ ਹੈਗਾ ਚੇਂਜ ਕਰੋ ਨਾ ਜੇ ਕਹਿੰਦਾ ਸੀ ਫੋਰਾ ਫੋਰਾ ਮਤਲਬ ਮੋਰੀਆਂ ਹੋ ਗਈਆਂ ਨਹੀਂ ਇਰਾਦਾ ਹੈ ਚੇਂਜ ਕਰਨ ਦਾ ਤਾਂ ਲੋ ਸੀ ਪੋ ਰੀ ਪਰ ਆ ਰਹੇ ਰਿਪੇਅਰ ਕਰ ਸਕਦੇ ਰਿਪੇਅਰ ਤਾਂ ਕਰਨਾ ਨਹੀਂ ਰਿਪੇਅਰ ਕਰ ਲਓ ਅਵੋ ਜੈਂਦਲੋ ਕਰਦੇ ਹੋ ਨਾ ਲਾਨਾ ਦੀ ਬੇਤਰੋ ਨਾਸਤਰੋ ਇਜ਼ੋ ਲਾਂਦੇ ਹੋ ਨਾਸਤਰੋ ਆਉਂਦੀ ਸਪੈਸ਼ਲ ਕੋਈ ਉਹਦੇ ਨਾਲ ਤੁਸੀਂ ਰਿਪੇਅਰ ਉਦੋਂ ਤਾਂ ਕਰ ਲੈਂਦੇ ਆਪਾਂ ਪਰ ਨਹੀਂ ਕਰਨਾ ਇਹ ਤਾਂ ਕਰ ਲਓ ਫਾਲਸ ਹੋ ਗਿਆ ਨਾ ਇਹ ਫੋਰੇ ਵਾਲਾ ਮਤਲਬ ਫਾਲਸ ਸੁਸਤੀ ਸੇਨੇ ਦੀ ਟੂਬੋ ਚੇਂਜ ਕਰਨਾ ਟੂਬੋ ਉਹ ਐਸਰੇ ਫਾਤਾ ਅੰਕੇ ਪਰਸਨਲ ਮੈਂਤੇ ਪਰਸਨਲ ਮੈਂਤੇ ਨਹੀਂ ਕਰ ਸਕਦੇ ਸੈਂਸਾ ਰਿਵੋਲਜਰਸੀ ਨਾ ਫੁਸ਼ੋਨਾ ਅਤਰੀ ਜਾਤੋ ਉੱਥੇ ਬਿਨਾਂ ਗਏ ਹੋਏ ਕਰ ਸਕਦੇ ਪਰਸਨਲ ਮਿਹਨਤ ਨਹੀਂ ਕਰ ਸਕਦੇ ਇਹ ਪੋਸੀਬਲੇ ਮੋਡੀਫਿਕਾਰੇ ਪੋਸੀਬਲ ਹੈ ਚੇਂਜ ਕਰਨਾ ਇੰਪੈਂਟੋ ਦੀ ਸਕਾਈ ਉਹ 'ਚ ਚੇਂਜ ਕਰਨਾ ਜੇ ਕਹਿੰਦਾ ਸੀ ਹੈ ਅਤੋ ਚਰਤੀਫਿਕੀ ਤੁਹਾਨੂੰ ਸਰਟੀਫਿਕੇਟ ਮਿਲਿਆ ਹੋਇਆ ਜਿਹਦੇ ਨਾਲ ਕੰਪੋਰਤਾ ਮਿਹਨਤੀ ਤੇਲ ਬਾਕੀ ਪੜ੍ਹਨ ਦੀ ਲੋੜ ਹੀ ਨਹੀਂ ਇਹ ਪੋਸੀਬਲੇ ਮੋਡੀਫਿਕਾਰੇ ਮੋਡੀਫਿਕੇਸ਼ਨ ਕਰਨਾ ਕਹਿੰਦਾ ਲਾਊਟ ਆਫ ਫਾਲਸ ਮਾਨੋਮੇਸੀਓਨੇ ਮਾਨੋਮੇਸੀਓ ਦਾ ਛੇੜਛਾੜ ਕਰਨਾ ਮਾਨੋਮੇਸੀ
ਮਨੋ ਮਿਸੀਓ ਨੇ ਛੇੜਛਾੜ ਕਰਨਾ ਦੈਲ ਇੰਪਿਆਂ ਦੇ ਦਿਸਕਾਰੇ ਕੋ ਲਿਖਣਾ ਲਿਖ ਲਓ ਕਿ ਲਿਖਣਾ ਚਲੋ ਮਾਨੋ ਮਿਸੀਓ ਨੇ ਛੇੜਛਾੜ ਦੀ ਇੰਪਿਆਂ ਤੋਂ ਦਿਸਕਾਰੀ ਕੋ ਨੋਨ ਕੰਪੋਰਤਾ ਨਹੀਂ ਸ਼ਾਮਿਲ ਕਰਦਾ ਅਲਕੂਨਾ ਸੈਂਸੀਓ ਨੇ ਕੋਈ ਜੁਰਮਾਨਾ ਨਹੀਂ ਹੁੰਦਾ ਪੁਰਕੇ ਜੇ ਤੁਸੀਂ ਸਿਰਫ ਸ਼ਹਿਰ ਦੇ ਵਿੱਚ ਜੁਰਮਾਨਾ ਹੈ ਹੀ ਬਹੁਤ ਇੰਨਾ ਹੈ।